नशा ਛੱਡਣ ਤੋਂ ਬਾਅਦ ਅਸਲੀ ਜ਼ਿੰਦਗੀ ਸ਼ੁਰੂ ਹੁੰਦੀ ਹੈ। 20 ਸਾਲ ਤੇ ਸੁੱਤੇ ਹੀ ਰਹੇ, 20 ਸਾਲ ਜਿੰਨਾ ਚਿਰ ਨਸ਼ਾ ਕੀਤਾ। ਨਸ਼ਾ ਕੀ ਸੀਗਾ? ਲਿਆ ਸੌਂ ਗਏ, ਸੋ ਗਏ ਨਹੀਂ, ਬੇਹੋਸ਼ ਹੋ ਗਏ। ਕਿਉਂਕਿ ਜਦੋਂ ਨਸ਼ਾ ਲੈਣਾ ਬੇਹੋਸ਼ ਹੋ ਜਾਣਾ, ਜਦੋਂ ਨਸ਼ਾ ਲੈਣਾ ਦਿਮਾਗ ਜਿਹੜਾ ਵਾ ਸੁੰਨ ਹੋ ਜਾਂਦਾ ਸੀ। ਜਦੋਂ ਮੈਂ ਨਸ਼ਾ ਛੱਡਿਆ ਤੇ ਮੈਨੂੰ ਪਹਿਲੀ ਵਾਰੀ ਤੋੜ ਵੱਜੀ ਨਾ, ਤੇ ਸਾਡੇ ਘਰ ਨਾ ਇੱਕ ਦਰਖਤ ਲੱਗਾ, ਉੱਤੇ ਲਾਲ ਕੀੜੀਆਂ ਬਹੁਤ ਹੁੰਦੀਆਂ, ਤੇ ਮੈਂ ਨਾ ਉਹਦੇ ਵਿੱਚ ਹੱਥ ਵਾੜਤਾ ਤੇ ਸਾਰੇ ਕੀੜੀਆਂ ਚੜ ਗਈਆਂ ਤੇ ਧੱਫੜ ਪੈ ਗਏ ਮੇਰੇ। ਤੇ ਮੈਨੂੰ ਪਹਿਲੀ ਵਾਰੀ ਮਹਿਸੂਸ ਹੋਇਆ ਕਿ ਮੇਰੇ ਜਿਸਮ ਦੇ ਉੱਤੇ ਵੀ ਧੱਫੜ ਪੈਂਦੇ ਆ ਓਏ, ਨਹੀਂ ਤੇ ਮੈਨੂੰ ਪਤਾ ਹੀ ਨਹੀਂ ਹੁੰਦਾ ਸੀ। ਭੂੰਡ ਵੀ ਲੜ ਜਾਂਦਾ ਸੀ ਤੇ ਪਤਾ ਨਹੀਂ ਸੀ ਲੱਗਦਾ ਵੀ ਲੜ ਗਿਆ ਵਾ, ਇੰਨਾ ਨਸ਼ਾ ਕਰਕੇ ਗੁੱਟ ਰਹਿਣਾ। ਤੇ ਸਾਡੇ ਤੇ ਇੱਥੇ ਮੁੰਡੇ ਆ ਹੋਇਆ ਇਹੋ ਜਿਹੇ ਹੁੰਦੇ ਜਿਨ੍ਹਾਂ ਨੇ ਸੱਪਾਂ ਦੇ ਡੰਗ ਮਰਵਾ ਲਏ। ਸੁਣਿਆ ਤੁਸੀਂ ਕਦੀ? ਜਦੋਂ ਨਸ਼ਾ ਅਸਰ ਨਹੀਂ ਕਰਦਾ ਸੱਪਾਂ ਦੇ ਡੰਗ ਮਰਵਾਉਣੇ, ਬੰਨ ਲੈਣਾ ਇੱਥੋਂ ਸੱਪ ਦਾ ਡੰਗ ਮਰਵਾਇਆ, ਫਿਰ ਹੌਲੀ ਹੌਲੀ ਖੋਲ੍ਹਣਾ ਅਤੇ ਜ਼ਹਿਰ ਚੜ੍ਹਨਾ। ਅਤੇ ਜ਼ਹਿਰ ਕੀ ਸਿਰਫ ਅਤੇ ਸਿਰਫ ਨਸ਼ੇ ਦਾ ਹੀ ਰੂਪ ਦਿੰਦਾ ਸੀਗਾ। ਇੰਨੀ ਖਤਰਨਾਕ ਬਿਮਾਰੀ ਇੱਥੋਂ ਤੱਕ ਪਹੁੰਚ ਜਾਂਦੀ ਆ। ਔਰ ਕਿੰਨੇ ਕਿੰਨੇ ਸੁਣਿਆ ਵਾ ਕਿ ਐਡਿਕਸ਼ਨ ਇੱਕ ਬਿਮਾਰੀ ਆ, ਹੱਥ ਖੜੇ ਕਰੋ। ਕਿੰਨੋ ਕਿੰਨੋ ਪਤਾ, ਸਾਰਿਆਂ ਨੂੰ ਪਤਾ ਲੱਗ ਗਿਆ ਐਡਿਕਸ਼ਨ ਬਿਮਾਰੀ ਆ। ਅੱਛਾ, ਇਹ ਕਿੰਨੋ ਕਿੰਨੋ ਪਤਾ ਲੱਗ ਗਿਆ ਕਿ ਮੈਨੂੰ ਐਡਿਕਸ਼ਨ ਹੈਗੀ ਆ ਕਿਸੇ ਨਾ ਕਿਸੇ ਚੀਜ਼ ਦੀ। ਆਪਣੀ ਐਡਿਕਸ਼ਨ ਪਛਾਣਨੀ ਬੜੀ ਔਖੀ ਆ, ਬੜੀ ਔਖੀ। ਇਹ ਜਿਹੜਾ ਦਿਲ ਆ ਨਾ, ਇਹ ਬੱਚਾ ਆ, ਇਹਨੂੰ ਤੁਸੀਂ ਜਿੰਨਾ ਮਰਜ਼ੀ ਕਹੋ ਤੈਨੂੰ ਆਹ ਚੀਜ਼ ਦੀ ਲੱਤ ਲੱਗੀ ਜਾਂਦੀ ਹੋ, ਇਹ ਕਹਿੰਦਾ ਨਹੀਂ ਨਹੀਂ ਮੇਰੇ ਨਾਲ ਇੰਜ ਨਹੀਂ ਹੋਣਾ, ਦੁਨੀਆ ਨਾਲ ਹੁੰਦਾ ਹੋਊਗਾ, ਮੇਰੇ ਨਾਲ ਨਹੀਂ ਹੋਣਾ। ਕਿਤੇ ਆਪਾਂ ਗੱਡੀ 120 ਤੇ ਭਜਾਉਣ ਡਿਓ ਜੇ ਨਾ, ਤਾਂ ਰਸਤੇ 'ਚ ਐਕਸੀਡੈਂਟ ਦਿਸ ਪਏ ਨਾ, ਅਤੇ ਦਿਮਾਗ ਇਸ ਤਰ੍ਹਾਂ ਦੀ ਚੀਜ਼ ਆ, ਉਸੇ ਵੇਲੇ ਹੀ ਆਪਣੇ ਆਪ ਨੂੰ ਬ੍ਰੇਕ ਮਾਰਦਾ ਕਿ ਰੁਕ ਜਾ ਫਟਾਫਟ, ਵੇਖ ਕਿੱਡਾ ਤਗੜਾ ਐਕਸੀਡੈਂਟ ਹੋਇਆ, ਕਿਤੇ ਤੇਰੇ ਨਾਲ ਇੰਜ ਹੋ ਗਿਆ। ਅਤੇ ਫਿਰ ਸਿਰਫ 2 ਮਿੰਟ, 2 ਮਿੰਟ ਬਾਅਦ ਸੜਕ ਦੇ ਉੱਤੇ ਦੁਬਾਰਾ ਗੱਡੀ ਸਲੋਅ ਹੋਣ ਤੋਂ ਬਾਅਦ ਫਿਰ ਆਪਣੀ ਸਪੀਡ ਫੜ ਲੈਂਦੀ ਆ। ਕਿਉਂ? ਇਹ ਦਿਮਾਗ ਬਣਿਆ ਹੀ ਇਸ ਤਰ੍ਹਾਂ, ਇਹ ਕੰਮ ਹੀ ਇਸ ਤਰ੍ਹਾਂ ਕਰਦਾ, ਇਹ ਸੋਚਦਾ ਹੀ ਇਸ ਤਰ੍ਹਾਂ, ਇਹ ਵਿਚਾਰਦਾ ਹੀ ਇਸ ਤਰ੍ਹਾਂ, ਤੁਸੀਂ ਕੀ ਕਰ ਲਓਗੇ? ਸੋ ਇਹ ਜਿਹੜੀ ਖੇਡ ਆ ਇੱਕ ਬੜੀ ਜ਼ਬਰਦਸਤ ਆ। ਨਸ਼ਾ ਛੱਡਣਾ ਅਤੇ ਨਸ਼ੇ ਤੋਂ ਦੂਰ ਹੋਣਾ 2 ਅਲੱਗ ਅਲੱਗ ਚੀਜ਼ਾਂ ਆ, ਔਰ ਬੜਾ ਹੀ ਸੌਖਾ ਵਾ ਨਸ਼ੇ ਤੋਂ ਦੂਰ ਹੋਣਾ, ਪਰ ਦੂਰ ਰਹਿਣਾ ਬੜਾ ਔਖਾ, ਦੂਰ ਕਰਨਾ ਬੜਾ ਸੌਖਾ। ਤੁਸੀਂ ਇੱਥੇ ਹਫ਼ਤੇ 'ਚ ਕਰ ਲੈਣਾ, ਪਰ ਦੂਰ ਰਹਿਣਾ ਬੜਾ ਔਖਾ। ਤੁਹਾਨੂੰ ਘੜੀ ਘੜੀ 'ਤੇ ਐਸੇ ਲੋਕ ਮਿਲਣੇ ਆ ਜਿਨ੍ਹਾਂ ਨੇ ਕਹਿਣਾ ਠਿੱਬੀ ਲਾ ਕੇ ਕਿਸੇ ਤਰੀਕੇ ਸੁੱਟ ਦਈਏ। ਸਹੀ ਹੈ, ਬੰਦਾ ਸੁਧਰ ਕਿਉਂ ਗਿਆ? ਇਹ ਸਹੀ ਕਿਉਂ ਹੋ ਗਿਆ? ਬੰਦਾ ਇਹ ਛੱਡ ਕਿਉਂ ਗਿਆ? ਇਹ ਵਧੀਆ ਕਿਸ ਤਰ੍ਹਾਂ ਬਣ ਗਿਆ? ਤੁਹਾਡੇ ਆਪਣੇ ਹੀ ਉਹ ਲੋਕ ਹੋਣੇ ਆ ਜਿਨ੍ਹਾਂ ਨੇ ਕਹਿਣਾ ਕਿ ਯਾਰ ਛੱਡ ਪਰੇ, ਇਹ ਚੀਜ਼ਾਂ 'ਚ ਕੀ ਰੱਖਿਆ? ਤੁਹਾਡੇ 1 ਸੈਕਿੰਡ ਦੇ ਵਿੱਚ ਵਿਚਾਰ ਬਦਲ ਦੇਣੇ ਉਹਨਾਂ ਨੇ। ਫਿਰ ਸੌਖਾ ਰਿਹਾ ਕਿ ਔਖਾ ਹੋ ਗਿਆ? ਕੰਮ ਔਖਾ ਹੋ ਗਿਆ ਨਾ। ਤਾਂ ਹੀ ਮੈਂ ਕਹਿੰਦਾ ਕਿ ਸੰਗਤ ਦਾ ਬੜਾ ਤਗੜਾ ਪ੍ਰਭਾਵ ਆ। ਸੰਗਤ ਦਾ ਬਲੈਕਬੋਰਡ ਚੁੱਕਤਾ ਅੱਜ? ਸੰਗਤ ਦਾ ਬੜਾ ਤਗੜਾ ਪ੍ਰਭਾਵ ਆ। ਜਿਸ ਤਰ੍ਹਾਂ ਦੀ ਤੁਹਾਡੀ ਸੰਗਤ ਹੋਊਗੀ, ਜੇ ਤੁਹਾਡੀ ਸੰਗਤ ਚੜ੍ਹਦੀ ਕਲਾ ਵਾਲੇ ਬੰਦਿਆਂ ਦੇ ਨਾਲ ਆ, ਤੁਸੀਂ ਚੜ੍ਹਦੀ ਕਲਾ ਦੇ ਵਿੱਚ ਹੀ ਰਹੋਗੇ, ਚੜ੍ਹਦੀ ਕਲਾ ਵਾਲੀਆਂ ਗੱਲਾਂ ਕਰੋਗੇ, ਚੜ੍ਹਦੀ ਕਲਾ ਵਾਲੀ ਸੋਚ ਹੋ ਜਾਣੀ ਤੁਹਾਡੀ। ਜੇ ਤੁਹਾਡੇ ਵਿਚਾਰ ਢਹਿੰਦੀ ਕਲਾ ਵਾਲੇ ਹੋ ਗਏ, ਜਿਵੇਂ ਸਿਕੰਦਰ ਨੂੰ ਕਾਂ ਮਿਲ ਗਿਆ ਸੀ ਨਾ, ਉਸ ਤਰ੍ਹਾਂ ਹੀ ਹਾਲ ਹੋ ਜਾਣਾ। ਸੁਣੀ ਤੁਸੀਂ ਗੱਲ ਕਿ ਨਹੀਂ ਸਿਕੰਦਰ ਵਾਲੀ? ਤੁਹਾਨੂੰ ਮੈਂ ਬੜੀ ਵਾਰੀ ਸੁਣਾਈ ਹੈ। ਸਿਕੰਦਰ ਨੇ ਜਦੋਂ ਸਾਰੀ ਦੁਨੀਆ ਜਿੱਤ ਲਈ ਨਾ, ਤਾਂ ਇਹਨੂੰ ਚੈਨ ਨਹੀਂ ਆਉਂਦਾ, ਚੈਨ ਨਹੀਂ ਆਉਂਦਾ। ਅਤੇ ਇਹਦਾ ਜਿਹੜਾ ਵਿਦਿਆ ਗੁਰੂ ਸੀ ਨਾ, ਉਹ ਕਹਿੰਦਾ ਵੀ ਤੈਨੂੰ ਅੰਮ੍ਰਿਤ ਦੀ ਲੋੜ ਆ ਸਿਕੰਦਰ, ਜੇ ਤੈਨੂੰ ਅੰਮ੍ਰਿਤ ਮਿਲ ਗਿਆ ਨਾ, ਤਾਂ ਤੇਰੀ ਬੇਚੈਨੀ ਦੂਰ ਹੋ ਜਾਣੀ ਹੈ। ਅਤੇ ਕਹਿੰਦਾ ਗੁਰੂ ਜੀ ਅੰਮ੍ਰਿਤ ਹੈ ਕਿੱਥੇ ਆ? ਉਹਦਾ ਗੁਰੂ ਕਹਿੰਦਾ ਫਲਾਣੇ ਫਲਾਣੇ ਜੰਗਲ 'ਚ ਫਲਾਣੀ ਫਲਾਣੀ ਥਾਂ ਦੇ ਉੱਤੇ, ਸੱਚੀ ਗੱਲ ਤੁਹਾਨੂੰ ਮੈਂ ਸੁਣਾਉਣ ਡਿਆ, ਉੱਥੇ ਆ, ਉੱਥੇ ਜਾ ਕੇ ਲੈ ਆ। ਤੁਰ ਪਿਆ, ਅੰਮ੍ਰਿਤ ਵੀ ਲੱਭ ਗਿਆ, ਉਹ ਥਾਂ ਲੱਭ ਗਈ ਜਿੱਥੇ ਅੰਮ੍ਰਿਤ ਪਿਆ ਸੀਗਾ ਪਾਣੀ ਦੇ ਰੂਪ ਦੇ ਵਿੱਚ। ਜਦੋਂ ਇੰਜ ਕਰਕੇ ਚੂਲਾ ਭਰਨ ਲੱਗਾ ਨਾ, ਬੁੱਕ 'ਚ ਲਿਆ, ਉੱਤੇ ਇੱਕ ਸੜਿਆ ਜਿਹਾ ਕਾਂ ਬੈਠਾ, ਗਲਿਆ ਜਿਹਾ, ਕੋਈ ਖੰਭ ਨਹੀਂ ਉਹਦੇ ਸਰੀਰ 'ਤੇ। ਕਹਿੰਦਾ ਓਏ ਸਿਕੰਦਰਾ, ਸਿਕੰਦਰ ਦੇ ਹੱਥੋਂ ਐਂ ਛੁੱਟ ਗਿਆ। ਉਹਨੇ ਉੱਤੇ ਵੇਖਿਆ, ਕਹਿੰਦਾ ਬੋਲਣ ਵਾਲਾ ਕਾਂ? ਕਹਿੰਦਾ ਤੂੰ ਮੈਨੂੰ ਆਵਾਜ਼ ਮਾਰੀ ਆ? ਕਹਿੰਦਾ ਤੂੰ ਸਿਕੰਦਰ ਹੀ ਆ ਨਾ? ਕਹਿੰਦਾ ਮੈਂ ਸਿਕੰਦਰ ਮਾਨ। ਕਹਿੰਦਾ ਇੱਥੇ ਕੀ ਕਰਨ ਆਇਆ? ਕਹਿੰਦਾ ਮੈਂ ਅੰਮ੍ਰਿਤ ਲੈਣ ਆਇਆ, ਇਹ ਅੰਮ੍ਰਿਤ ਨਹੀਂ ਆ। ਕਹਿੰਦਾ ਇਹ ਗਲਤੀ ਨਾ ਕਿਤੇ ਕਰ ਬੈਠੀ, ਇਹ ਗਲਤੀ ਨਾ ਕਿਤੇ ਕਰ ਬੈਠੀ, ਇਹ ਅੰਮ੍ਰਿਤ ਮੈਂ ਪੀਤਾ ਸੀ, ਅਤੇ ਆਹ ਵੇਖ ਲਾ ਮੇਰਾ ਕੀ ਹਾਲ ਹੋ ਗਿਆ ਜੀ, ਮੇਰੇ ਸਰੀਰ ਦੀ ਵਿੱਚ ਪਾਕ ਭਰ ਗਈ ਹੈ, ਮੇਰੇ ਸਾਰੇ ਖੰਭ ਝੜ ਗਏ ਆ, ਅਤੇ 20 ਸਾਲ ਤੋਂ ਮੈਂ ਇੱਥੇ ਬੈਠਾ, ਅਤੇ ਇੱਥੇ ਰਾਖੀ ਬੈਠਾ ਵੀ ਕੋਈ ਆ ਕੇ ਇਹ ਵਾਲਾ ਜਿਹੜਾ ਅੰਮ੍ਰਿਤ ਆ ਇਹਨੂੰ ਪੀ ਨਾ ਲਵੇ। ਅਤੇ ਸਿਕੰਦਰ ਨੇ
खाली हाथी कहिंदे उत्थों मुड़ आया सीगा ते तुहानूं इत्थे बड़े काम मिल जाणे इहो जिहे जिन्हां ने कहना ओए इत्थे कित्थे आया मैं ते 6 वारी इलाज करा लिया डाक्टर भाटीए को मैनूं फर्क नहीं पिया ते तू इत्थे कित्थे आ गया तैनूं भी फर्क नहीं पैणा ते इहो जिहे कामां तों बचिओ क्योंकि मैनूं भी बड़े मिले सी मैं 2011 च इत्थे आया सीगा ते इत्थे मुंडे मिले ढैंदी कला वाले बड़े मेरे वीर उन्हां दा कसूर कोई नहीं उन्होंने ना मैं ही करना भाजी अहीं ते 6 वारी इलाज करा लिया साडा कुछ नहीं बनिया पर मैं अपने अंदर जदों तंग हुंदा ना बंदा अपने अंदर जो मर्जी पा ले जदों बंदा तंग आ ना जे पॉजिटिविटी पाऊगा तो पॉजिटिविटी बच्चे दूगी जे नैगेटिविटी पाऊगा तो नैगेटिविटी बच्चे दूगी ये बच्चे दिंदियां तुहानूं पता और एक सैकेंड दे विच लखां बच्चे दिंदी पॉजिटिविटी एक सैकेंड दे विच और ये जो अंदर सैल बनते हैं ना पॉजिटिविटी के नैगेटिविटी का बेड़ा गर्क करके रख देंगे छोड़ दो मैं पा दे सो मैं की गल करता पिया सी जिहड़ी नैगेटिविटी आ ये भी तुहाडे अंदर बच्चे दिंदी आ पॉजिटिविटी भी दिंदी आ जिहड़ी चीज़ नूं तुसीं अपने अंदर पा लिया उहने अंदर उहदे सैल बन जांदे तुहाडे ब्रेन दे अंदर और उही विचार जिहड़े आ उह डबल 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 ट्रिपल ट्रिपल 4 गुणा होई जांदे आ सो इह चीज़ नूं तुसीं ध्यान 'च रखियो जदों तुहानूं इहो जिहे बंदे मिलन तुसीं सिर्फ अपने आप 'ते फोकस रखियो कि मैं बीमार हो गया वां साडा बंदा बीमार हो गया वा असी ट्रीटमेंट करवाउण आए हाँ असी ट्रीटमेंट करवाउणा वा इधर उधर बहुता ध्यान नहीं देना जो मेरा फोकस आ मैं उहदे ते उत्ते ध्यान रखना वा और मैं तुहानूं एक गल दसां भावें तुसीं एक वारी ट्रीटमेंट करा के ठीक हो जाओ तो भावें 20 वारी करा लो ये सिलसिला चलता ही रहना जी एक अडिक्ट दी लाइफ दे विच सब तो बदकिस्मती वाली गल पता की आ एक चीज़ 'च फसिया रहिंदा कदी छड्डन दे विच फसिया रहिंदा कदी करन 'च फसिया रहिंदा 6 महीने सोचता मैं करी जावां फिर 6 महीने सोचता हुण मैं छड्डी जावां दो ही चीज़ां हुंदियां देखो इहदी बदकिस्मती ला लो तुसीं बदकिस्मती आ होर इहदे कोई कुछ नहीं है 6 महीने इहनै करी जाणा छड्डण वाले प्रोसैस दे विच पै जाणा मैं हुण छड्डिया 2 दिन हो गए मैं 4 दिन हो गए छड्डिया मैं 6 दिन हो गए छड्डिया मैनूं अज 20 दिन हो गए मैं छड्डिया मैनूं 3 महीने हो गए मैं छड्डिया अच्छा फिर ये बड़े माण नाल कहूगा मैनूं 3 महीने हो गए छड्डिया जदों ये कहण डिया हुंदा ना मैं छड्डिया ये करन ही डिया हुंदा एक हिसाब नाल तैयारी दे विच हुंदा वा कि मैनूं हुण 6 महीने हो गए छड्डिया हुण तुसीं बस दिन डीको मैं किदण शुरू करूंगा तो मैं तां ही तुहानूं कहा एक रिकवरिंग प्रोग्राम है ING लगता ये प्रोसैस दे विच ते जे तुसीं करन वाले पासे आ गए फिर भी उह गल मैनूं 6 महीने हो गए हुण मैं करदा पिया मैनूं साल हो गया हुण मैं करदा पिया हुण मैं छड्डण वाले विचारां दे विच पिया वां वी छड्डना किस तरह वा किहड़ी गोली नाल छड्डना जीभ ते थल्ले रखण वाली गोली नाल छड्डना वा कि दूजी गोली नाल छड्डना 90 लोग परसेंट फसे दवाई दे विच कि किहड़ी दवाई कित्थों मिलनी किस तरह मिलनी नैट दे विच गूगल बाबे को पुछण डे मैं घट्टो घट 6 साल मैडिसिन खाधी ते मेरा रब ही जानदा कि मैं कदी ना अपनी जनानी को पुछया भी मैनू किहड़ी दवाई देण डे जे ते ना मैं कदी गूगल दे विच चैक कीता कदी नहीं चैक कीता मैनू इन्ना पता हुंदा सी कि मेरी एक नीले रंग दी गोली हुंदी सी एक चिट्टे रंग दी हुंदी सी ते एक लंबा कैप्सूल हुंदा सी बस ये नहीं कि मैनू पढ़ना नहीं हुंदा मेरे को पत्ते मेरे सामने पए हुंदे सी डब्बे दे विच पर मैं कदी चैक नहीं कीते होर भी बड़े इत्थे बैठे आ तुसीं भी नहीं मैनू लगता कदी दवाई चैक कीती होर भी बड़े इत्थे मिले इहो जिहे बंदियां दा साथ मंगो जिहड़े लोक जरावर जिवें इस वक्त तैनूं लोड़ आ मनप्रीत दी ठीक है तू मनप्रीत दे कंटैक्ट 'च आ ठीक है कि मनप्रीत नूं फोन कर मनप्रीत भाजी एन जा ओन जा गुरप्रीत बैठा वा काले भाजी बैठे आ ये लोग जिहड़े आ ये चढ़दी कला वाले लोग आ इन्हां ने पॉजिटिविटी नूं अपने अंदर पाया पॉजिटिविटी रोज़ इन्हां दे अंदर बच्चे दिंदी तैनूं कोई ना कोई नवीं गल दसणगे जिहदे नाल कुछ नवां हो जूगा ठीक है ना तो किसी ते डिपेंड भी नहीं होना अपने अंदर एक अग पैदा करनी कि अहीं आप करना जो करना सो एक वधिया
ਵਧੀਆ ਇੱਕ ਆਸ ਦੇ ਉੱਤੇ ਵਧੀਆ ਪ੍ਰੋਗਰਾਮ ਜਿਹੜਾ ਸਾਡੇ ਅੰਦਰ ਜਾਊਗਾ। ਤੋ ਜੋ ਮੇਰੀ ਲਾਈਫ ਸੀਗੀ ਉਹ ਮੈਂ ਤੁਹਾਨੂੰ ਸ਼ੋਰਟ ਜੀ ਕਰਕੇ ਦੱਸੀ ਕਿ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਇੰਨੇ ਮਾੜੇ ਕੰਮ ਕੀਤੇ ਅਤੇ ਹਮੇਸ਼ਾ ਉਹ ਮਾੜੇ ਕੰਮਾਂ ਤੋਂ ਬਾਅਦ ਪਛਤਾਇਆ। ਪਰ ਅੱਜ ਦੀ ਜਿਹੜੀ ਮੇਰੀ ਲਾਈਫ ਆ ਉਹਦੇ ਵਿੱਚ ਮੇਰੀ ਜ਼ਿਆਦਾ ਤੋਂ ਜ਼ਿਆਦਾ ਕੋਸ਼ਿਸ਼ ਹੁੰਦੀ ਆ ਕਿ ਜੇ ਮਾੜੀ ਸੋਚ ਆਈ ਆ ਤਾਂ ਇਹਨੂੰ ਕਰਮ ਦੇ ਵਿੱਚ ਨਾ ਤਬਦੀਲ ਹੋਣ ਦੇਵਾਂ, ਕਿਉਂਕਿ ਜੇ ਇਹ ਤਬਦੀਲ ਹੋ ਗਈ ਕਰਮ ਦੇ ਵਿੱਚ ਤਾਂ ਫਿਰ ਇਹ ਭੋਗਣੀ ਵੀ ਪੈਣੀ ਹੈ। ਅਤੇ ਕੋਈ ਵੀ ਚੀਜ਼ ਆ, ਅੱਗੇ ਮੈਨੂੰ ਗੁੱਸਾ ਚੜਿਆ ਰਹਿੰਦਾ ਸੀ 24 ਘੰਟੇ, ਹੁਣ ਕਦੀ ਗੁੱਸਾ ਨਹੀਂ ਆਇਆ। ਇਹ ਮੈਨੂੰ ਪਤਾ ਲੱਗਦਾ ਵਾ ਮੇਰੇ ਘਰ ਵਾਲਿਆਂ ਤੋਂ, ਜਦੋਂ ਮੈਨੂੰ ਉਹਨਾਂ ਕੋਲੋਂ ਬੈਕਅਪ ਮਿਲਦਾ ਵਾ, ਜਦੋਂ ਮੇਰੀ ਮਾਂ ਕਹਿੰਦੀ ਆ ਕਿ ਇਹ ਹੁਣ ਗੁੱਸਾ ਨਹੀਂ ਕਰਦਾ ਕਿਸੇ ਗੱਲ 'ਤੇ, ਜਦੋਂ ਮੇਰੀ ਵਾਈਫ ਕਹਿੰਦੀ ਆ ਕਿ ਇਹ ਕਿਸੇ ਗੱਲ 'ਤੇ ਗੁੱਸਾ ਨਹੀਂ ਕਰਦਾ। ਹਾਂ, ਕੁਛ ਪ੍ਰੋਬਲਮਸ ਮੈਨੂੰ ਆਉਂਦੀਆਂ ਵਾ, ਜਿਵੇਂ ਮੈਂ ਗੱਲ ਕੀਤੀ ਕਿ ਨਸ਼ਾ ਛੱਡਣ ਤੋਂ ਬਾਅਦ ਪ੍ਰੋਬਲਮ ਜ਼ਿਆਦਾ ਆਉਂਦੀ ਆ। ਜਿਵੇਂ ਕਿ ਮੈਂ ਅੱਜ ਡਾਕਟਰ ਸਾਹਿਬ ਨਾਲ ਗੱਲ ਕਰਦਾ ਪਿਆ ਸੀਗਾ, ਮੈਂ ਕਿਹਾ ਡਾਕਟਰ ਸਾਹਿਬ ਮੈਂ ਨਾ ਜਿਵੇਂ ਸਵੇਰੇ 11 ਵਜੇ ਤੋਂ ਲੈ ਕੇ ਅਤੇ 6 ਵਜੇ ਤੱਕ ਕੰਮ ਕਰ ਸਕਦਾ, ਅਤੇ 6 ਵਜੇ ਤੋਂ ਬਾਅਦ ਜਦੋਂ ਟਾਈਮ ਜੇ ਮੈਨੂੰ ਕੰਮ ਕਰਨਾ ਪੈ ਜੇ ਤਾਂ ਫਿਰ ਮੇਰੇ ਅੰਦਰ ਕਲਪਨਾ ਮੱਚਦੀ ਆ ਵੀ ਮੈਨੂੰ ਕਿਉਂ ਮੇਰਾ ਓਵਰ ਟਾਈਮ ਕਰਵਾਉਣ ਡੇ ਆ, ਮੈਂ ਨਹੀਂ ਕਰ ਸਕਦਾ ਇਸ ਤੋਂ ਬਾਅਦ ਕੰਮ। ਅਤੇ ਡਾਕਟਰ ਸਾਹਿਬ ਨੇ ਮੈਨੂੰ ਸਮਝਾਇਆ, ਕਹਿੰਦੇ ਵੀ ਤੂੰ ਅਬਸੈਸਿਵ ਬੰਦਾ ਵਾ, ਅਤੇ ਅਬਸੈਸਿਵ ਬੰਦਿਆਂ ਦੇ ਨਾਲ ਇੰਝ ਹੁੰਦਾ ਕਿ ਇਹ ਫਿਕਸ ਹੋ ਜਾਂਦੇ ਆ। ਤੋ ਇੰਨਾ ਕੁ ਸੁਣਨ ਦੇ ਨਾਲ ਹੀ ਮੇਰੇ ਅੰਦਰ ਠੰਡ ਪੈ ਗਈ, ਕਿਸੇ ਕੋਲ ਤਾਂ ਮੇਰੀ ਗੱਲ ਦਾ ਜਵਾਬ ਹੈਗਾ ਨਾ ਵੀ ਕਿਉਂ ਤੇਰੇ ਨਾਲ ਇਸ ਤਰ੍ਹਾਂ ਹੁੰਦਾ ਵਾ। ਤੋ ਤੁਹਾਡੀ ਲਾਈਫ 'ਚ ਵੀ ਕੋਈ ਨਾ ਕੋਈ ਬੰਦਾ ਹੋਣਾ ਚਾਹੀਦਾ ਜਿਹਦੇ ਕੋਲ ਤੁਹਾਡੀ ਗੱਲ ਦਾ ਜਵਾਬ ਹੋਵੇ ਕਿ ਤੇਰੇ ਨਾਲ ਇਸ ਤਰ੍ਹਾਂ ਕਿਉਂ ਹੋ ਰਿਹਾ। ਤੋ ਤੁਹਾਡੇ ਅੰਦਰ ਠੰਡ ਪੈ ਜੂਗੀ, ਅਤੇ ਠੰਡ ਜਿਹੜੀ ਦੁਨੀਆ ਦੇ ਵਿੱਚ ਕੋਈ ਘੱਟ ਬੰਦੇ ਆ ਜਿਹੜੇ ਤੁਹਾਨੂੰ ਠੰਡ ਪਾ ਸਕਣ। ਤੋ ਤੁਸੀਂ ਆਪਣੀ ਜ਼ਿੰਦਗੀ 'ਚ ਇੱਕ ਬੰਦਾ ਲੱਭ ਕੇ ਰੱਖਿਓ ਜਿਹੜਾ ਤੁਹਾਨੂੰ ਠੰਡ ਪਾ ਸਕੇ, ਕਾਹਦੇ ਨਾਲ, ਤੁਹਾਡੀ ਗੱਲ ਸੁਣ ਕੇ। ਸਾਡੀ ਵੱਡੀ ਪ੍ਰੋਬਲਮ ਪਤਾ ਕੀ ਆ, ਆਪਾਂ ਗੱਲਾਂ ਕਰਦੇ ਬਹੁਤ ਹਾਂ, ਜਿਵੇਂ ਮੈਂ ਬਹੁਤ ਕਰਨ ਡਿਆ ਇਸ ਵਕਤ, ਅਤੇ ਆਪਾਂ ਗੱਲਾਂ ਕਰਾਉਂਦੇ ਬਹੁਤ ਹਾਂ, ਪਰ ਆਪਾਂ ਗੱਲ ਸੁਣਦੇ ਨਹੀਂ ਕਿਸੇ ਦੀ। ਗੱਲ ਸੁਣਨੀ ਬਹੁਤ ਔਖੀ ਆ। ਮੈਂ ਆਪਣੇ ਆਪ ਨੂੰ ਚੇਂਜ ਕੀਤਾ ਪਤਾ ਕਾਹਦੇ ਵਿੱਚ, ਮੈਂ ਹੁਣ ਹਰ ਕਿਸੇ ਦੀ ਗੱਲ ਸੁਣਦਾ, ਭਾਵੇਂ ਛੋਟਾ ਭਾਵੇਂ ਵੱਡਾ, ਹਰ ਕਿਸੇ ਦੀ। ਔਰ ਮੇਰੀ, ਮੈਂ ਆਪਣੇ ਅੰਦਰ ਇੱਕ ਚੀਜ਼ ਪੈਦਾ ਕੀਤੀ ਆ, ਅਗਰ ਤੁਸੀਂ ਮੇਰੇ ਨਾਲ ਗੱਲ ਕਰਦੇ ਪਏ ਹੋ ਨਾ, ਤਾਂ ਮੈਂ ਆਪਣੇ ਆਪ ਨੂੰ ਤੁਹਾਡੀ ਥਾਂ ਦੇ ਉੱਤੇ ਰੱਖ ਕੇ ਵੇਖਦਾ। ਤੁਸੀਂ ਕਿਸੇ, ਕੋਈ ਵੀ ਬੰਦਾ ਉਹਨੂੰ ਮਾਫ਼ ਕਰਨਾ ਹੋਵੇ ਨਾ, ਇੱਕ ਵਾਰੀ ਆਪਣੇ ਆਪ ਨੂੰ ਉਹਦੀ ਥਾਂ ਦੇ ਉੱਤੇ ਰੱਖ ਕੇ ਵੇਖੋ। ਬੰਦਾ ਜਿੱਡਾ ਮਰਜ਼ੀ ਮਾੜਾ ਹੋਵੇ, ਉਹ ਭਾਵੇਂ ਤੁਹਾਡੀ ਮਾਂ ਵਾ, ਤੁਹਾਡਾ ਬਾਪ ਆ, ਤੁਸੀਂ ਬਦਲ ਨਹੀਂ ਸਕਦੇ ਇਹਨਾਂ ਨੂੰ, ਪਰ ਤੁਸੀਂ ਆਪਣੇ ਆਪ ਨੂੰ ਇੱਕ ਵਾਰੀ ਉਹਨਾਂ ਦੀ ਥਾਂ ਦੇ ਉੱਤੇ ਰੱਖ ਕੇ ਵੇਖੋ, ਇੱਕ ਵਾਰੀ, ਸਿਰਫ ਇੱਕ ਵਾਰੀ। ਜੇ ਤੁਹਾਨੂੰ ਆਪਣੇ ਨੌਕਰ ਦੇ ਉੱਤੇ ਗੁੱਸਾ ਆਉਣ ਡਿਆ ਨਾ, ਇੱਕੋ ਵਾਰੀ ਆਪਣੇ ਨੌਕਰ ਦੀ ਥਾਂ ਦੇ ਉੱਤੇ ਆਪਣੇ ਆਪ ਨੂੰ ਰੱਖ ਕੇ ਵੇਖੋ ਕਿ ਸਵੇਰੇ ਕਿੰਨੇ ਵਜੇ ਤੋਂ ਲੈ ਕੇ ਕਿੰਨੇ ਵਜੇ ਤੱਕ ਕੰਮ ਕਰਦਾ, ਕਿੰਨੀ ਤਨਖਾਹ ਲੈਂਦਾ। ਜੇ ਮੈਨੂੰ ਇੰਨੀ ਤਨਖਾਹ ਮਿਲਦੀ ਹੁੰਦੀ ਤਾਂ ਕੀ ਮੈਂ ਕੰਮ ਕਰਦਾ, ਤੁਹਾਡਾ ਸਾਰਾ ਗੁੱਸਾ ਠੰਡਾ ਹੋ ਜੂਗਾ। ਜੇ ਤੁਹਾਨੂੰ ਆਪਣੇ ਬੌਸ ਦੇ ਉੱਤੇ ਗੁੱਸਾ ਆਉਣ ਡਿਆ ਨਾ, ਇੱਕ ਵਾਰੀ ਆਪਣੇ ਬੌਸ ਦੀ ਥਾਂ ਦੇ ਉੱਤੇ ਆਪਣੇ ਆਪ ਨੂੰ ਰੱਖ ਕੇ ਵੇਖੋ ਕਿ ਮੈਨੂੰ 25 ਤੋਂ 30 ਹਜ਼ਾਰ ਰੁਪਇਆ ਸੈਲਰੀ ਦੇਣ ਡਿਆ, ਮੈਨੂੰ ਮੇਰੇ ਨਾਲ ਇੰਝ ਕਰਨ ਡਿਆ, ਜੇ ਮੈਂ ਇਹਦੀ ਥਾਂ ਦੇ ਉੱਤੇ ਹੁੰਦਾ ਤਾਂ ਕੀ ਮੈਂ ਇਹ ਮੇਰੇ ਵਰਗੇ ਬੰਦੇ ਨੂੰ ਮੇਰੀ ਇੰਨੀ ਸੈਲਰੀ ਦੇ ਦਿੰਦਾ ਜਾਂ ਮੇਰੀ ਆਹ ਗੱਲ ਬਰਦਾਸ਼ਤ ਕਰ ਲੈਂਦਾ। ਤੁਸੀਂ ਇੱਕ ਵਾਰੀ ਰੱਖ ਕੇ ਵੇਖੋ, ਤੁਹਾਨੂੰ ਗੁੱਸਾ ਨਹੀਂ ਆਊਗਾ। ਔਰ ਮੈਂ ਤੁਹਾਨੂੰ ਇੱਕ ਗੱਲ ਦੱਸਾਂ, ਜਿੱਦਣ ਤੁਸੀਂ ਦੂਜੇ ਦੀ ਥਾਂ ਦੇ ਉੱਤੇ ਆਪਣੇ ਆਪ ਨੂੰ ਰੱਖ ਕੇ ਵੇਖਣਾ ਸ਼ੁਰੂ ਕਰਤਾ ਨਾ, ਉਹ ਬੰਦੇ ਨੇ ਵੈਸੇ ਤੁਹਾਡਾ ਕਾਇਲ ਹੋ ਜਾਣਾ ਜੇ। ਜਿਹੜੇ ਦੁਨੀਆ ਦੇ ਵਿੱਚ ਬੰਦੇ ਤੁਹਾਨੂੰ ਨਾ ਕਰਦੇ ਸੀ ਨਾ, ਉਹ ਤੁਹਾਡੇ ਉੱਤੇ ਮਰਨਗੇ, ਤੁਹਾਨੂੰ ਕਹਿਣਗੇ ਦੱਸ ਕਿਹੜਾ ਕੰਮ ਕਰਾਉਣਾ, ਤੂੰ ਕਿੱਥੇ ਕਰਾਉਣਾ, ਕੀ ਕਰਾਉਣਾ, ਔਰ ਤੁਹਾਨੂੰ ਹੱਥ ਜੋੜ ਕੇ ਤੁਹਾਡਾ ਕੰਮ ਕਰਨਗੇ, ਹੱਥ ਜੋੜ ਕੇ ਤੁਹਾਡਾ ਕੰਮ ਕਰਨਗੇ। ਮੇਰੇ ਇੱਕ ਦੋਸਤ ਨੇ ਬਾਹਰੋਂ ਆਉਣਾ ਸੀਗਾ, ਮੈਂ ਉਹਦੇ ਵਾਸਤੇ ਹੋਟਲ ਬੁਕਿੰਗ ਕਰਾਈ, ਪੈਸੇ ਪੇ ਕਰਤੇ। ਜਦੋਂ ਉਹਦੀ ਸ਼ੁਰੂਆਤ ਹੋ ਗਈ, ਰੂਮ ਲੱਲਿਆ ਗਿਆ, ਕਿਉਂਕਿ ਰੂਮ ਮੈਂ ਜਾ ਕੇ ਲੈ ਆ, ਚੈੱਕ ਇਨ ਹੋ ਗਿਆ, ਉਹਨੇ 6 ਘੰਟੇ ਬਾਅਦ ਫੋਨ ਕਰ ਕਿਹਾ ਮੇਰੇ ਕੋਲ ਆਇਆ ਨਹੀਂ ਜਾਣਾ। ਮੈਂ ਕਿਹਾ ਯਾਰ 5500 ਰੁਪਈਆ ਦਿੱਤਾ, ਕਮਰੇ ਤਾਂ ਬਰਬਾਦ ਹੋ ਗਿਆ, ਗਿਆ ਹੀ ਨਹੀਂ ਕੋਈ। ਮੈਂ ਕਿਹਾ ਚੱਲ ਯਾਰ ਜਾਣਾ ਤਾਂ ਚਾਹੀਦਾ ਜ਼ਰੂਰ ਹੋਟਲ ਦੇ ਵਿੱਚ, ਵੀ ਇੰਝ ਤਾਂ ਨਹੀਂ ਵੀ ਇਹ ਸੋਚ ਲਿਆ ਵੀ ਸਾਨੂੰ ਮਿਲਣਾ ਹੀ ਨਹੀਂ ਵਾਪਸ। ਮੈਂ ਰਿਕਵਰੀ ਵਾਲਾ ਬੰਦਾ, ਮੈਂ ਪਹੁੰਚ ਗਿਆ ਉੱਥੇ, ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ ਜੀ, ਉਹ ਮੈਡਮਾਂ 2-4 ਬੈਠੀਆਂ ਸੀ, ਉਹਨਾਂ ਨੂੰ ਵੀ ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ, ਉਹ ਵੀ ਵੇਖਣ ਬੜਾ ਬਸ਼ਰਮ ਜਿਹਾ ਬੰਦਾ, ਸਤਿ ਸ਼੍ਰੀ ਅਕਾਲ ਹੀ ਬੁਲਾਈ ਜਾਂਦਾ। ਮੈਂ ਕਿਹਾ ਮੈਡਮ ਉਹ ਰੂਮ ਲਿਆ ਸੀਗਾ ਅਤੇ ਉਹ ਨਾ ਮੇਰੇ ਗੈਸਟ ਆਏ ਨਹੀਂ, ਤੂੰ ਮੇਰੇ ਪੈਸੇ ਵਾਪਸ ਕਰ ਦਿਉ। ਕਹਿੰਦੀ ਨਾ, ਇਹ ਤਾਂ ਸਾਡੇ ਰੂਲ ਦੇ ਖਿਲਾਫ ਹੈ, ਇਹ ਤਾਂ ਨਹੀਂ ਹੋਣੇ ਵਾਪਸ। ਮੈਂ ਕਿਹਾ ਪਾਣੀ ਮਿਲੂਗਾ 1 ਗਲਾਸ? ਕਹਿੰਦੀ ਮਿਲੂਗਾ। ਮੈਂ ਕਿਹਾ ਮੇਰੀ ਬੜੀ ਮਿਹਨਤ ਦੇ ਪੈਸੇ ਹੀ ਖਰਾਬ ਹੋ ਗਏ।
वो मेरा मुँह वेख ला पी। मैं पानी पुनी पीता, मैं कहा मैडम कोल्ड ड्रिंक मिलूगी, केंद्र केड़ी पियोगे, मैं क्या कोक, उन्हें कोक मंगाती मैनू, तो मैं कोक पीन लग पाया। मैं क्या यदा बिल मैं तुम्हें दऊँगा तुम, मतलब ए नहीं केंद्र घसन लग पी, केंद्र कोई गल नहीं। तो मुंडा आ गया, तो मैं क्या वेखो कुछ हो सकता, तो मैं क्या मैं समझ सकता थोड़े वास्ते बड़ा औखा वा, तुम अगे बॉस को जवाब देना वा, पर वेखो कुछ होंदा कुछ बनती गलते। कहती पहला ना करी गई, 5-6 बारी उन्हें मैं ना की, बाद चो कहती मैं एक मिनट आई, मैनू कहती मैं एक मिनट आई। वो अंदर गई, एक बॉस नू लै आई नाल, वो आया बड़ा तिंगड़ा आया आया, मैनू कहिंदा कोई पैसे पूसे वापस नहीं होने। मैं क्या कोई गल नहीं सर, कोई गल नहीं। मैं क्या पर वेखो कुछ हुंदा ते। अच्छा उन्होंने मेरे पैसे वापस किए होणगे कि नहीं? कहिंदे 72 घंटे के अंदर तुहाडे अकाउंट दे विच ट्रांसफर हो जाएंगे। मैं कोई लड़िया नहीं, कोई जिद नहीं की, कोई कुछ नहीं, मैं सिर्फ उन्हां दे नाल एक रिश्ता कायम किया। रिश्ता जिहड़ा मैं इत्थों सिखिया कि अपने आप नूं दूजे की थां दे उत्ते रख के वेखो वह महसूस की करदा। मैं बस उन्हां नूं इक्को ही गल कहिंदा रहा, मैं कहा मैं समझ सकदा तुहाडे वास्ते बड़ा औखा, मैं समझ सकदा तुहाडे वास्ते बड़ा औखा। और मैनू ना 100% आस सीगी कि मेरे पैसे मैनू वापस मिल जाने। और मैं उन्होंने ये भी कहा, मैं कहा तुसी ना मेरी जिन्ने कट्टने तुसी कट लो, तो मैनू पता तुहाडे वास्ते बड़ी प्रॉब्लम आ, तो तुसी जिन्ने कट्टने। उन्होंने कोई पैसे नहीं कट्टे। और मैं तुहानू होटल का ना दस्सिया, तुसी हैरान रह जाओ, तुसी कहोगे हैं वह तो गल ही नहीं सुनते किसी की, तो अं उतों भी लाए। एक ये जिहड़ी विद्या है ना, ये चाणक्य नीति है, ये तुसी जो मर्जी जिस तरह मर्जी करा लो, जिस तरह मर्जी करा लो। हुण किसान अंदोलन ते किन्ने चिर तो बैठा वा? नहीं 4.5 महीने हो, इन्ना क चिर हो गया ना, पहले इत्थे बैठे रहे, मतलब साल तकरीबन ला लो। सारी दुनिया कहती है इन्हां दीआं मंगां नहीं मन्नियां जाणियां, कहिंदे आ ना ज़्यादातर लोग यही कहिंदे आ ना। वो क्यों बैठे उत्थे, की सोच लै के बैठे है? वो बैठे पता क्यों आ? उन्हां नूं पता वा, उन्हां दे अंदर सोच आ कि आपां जित गए हैं, आपां जित गए हुए हैं। तुसी भी यही सोच लै के इत्थे बैठना है कि साडा ट्रीटमेंट 100% सक्सैसफुल होगा, क्योंकि मैं इत्थे वो सोच लै के बैठा जो मैं करना चाहना। अगर तुहाडे अंदर सोच आव है ना कि पता नहीं बनूगी गल के नहीं बनूगी, पता नहीं होगा कि नहीं होगा, फिर तुसी हिसाब अपना ला लिओ कि सारी जिंदगी इंज ही लंघ जानी जे पता नहीं यार साडे बंदे दी गल बनूगी कि नहीं बनूगी, पता नहीं छड्डूगा कि नहीं छड्डूगा, पता नहीं छड्डिया जाऊगा कि नहीं छड्डिया जाऊगा। जिद्दण तुहाडे अंदर या तुहाडे बंदे अंदर, तुहाडे बंदे अंदर यह सोच आ गई कि मैं अज तो ये चीज़ तो दूर होना, तो तुहाडे अंदर यह सोच आ गई कि अहीं इहदी मदद करनी है वध तो वध जिन्नी कर सके, एंड तक मदद करांगे, भावें जिन्ना मर्जी सानू परेशान करे फिर भी आपां इहदी मदद करांगे। जाओ तुहाडा इलाज सक्सैसफुल होना ही होना, बाबा जी तुहाडे नाल हो के तुहाडी हर चीज़ दे विच मदद करनगे। कोई दुनिया की ताकत इस चीज़ नूं फेलियर वाले पासे नहीं ले जा सकती। पर जे तुसी ये सोच लिया कि यार पता नहीं गल बनूगी कि नहीं बनूगी, पैसे भी बड़े लगन डे आ, पता नहीं साडा बंदा ठीक होगा कि नहीं होगा, फिर नहीं जे सक्सैसफुल। जे तुसी नैगेटिव सोच इन्नी भी अपने अंदर जान दिती, वो नैगेटिविटी ने अंदर बच्चे दे देने आ, ते मुड़ के जिहड़े उह सांभे नहीं जाने। जिवें नशे दे सैल जाग पैंदे आ ना, उस तरीके नाल ये जिहड़ी बीमारी है ना, ये पिता पुरख ही ट्रैवल करती है। मेरे ना सारे खानदान दे ना दाढ़ियाँ बड़ियाँ हैवियाँ भी हैं, वड्डे वड्डे दाढ़े एडे एडे, तो मेरी दाढ़ी थोड़ी जी अजीब जी आई, इत्थे आ गई, इत्थे इन्नी हावी नहीं आई। तो मैं बड़ी रिसर्च की, मैं कहा चाचे मेरे दी बड़ी तगड़ी दाढ़ा, डैडी दे भी पूरी, भरा दा दाढ़ा बड़ा तगड़ा, तो चक्कर की बनया? मेरी दाढ़ी कित्थे चल गई? मेरे मामे दे इत्थे तक वाल सीगे, डैथ हो गई हुण दाढ़ी दे। मैं कहा मेरी दाढ़ी गई तो गई कित्थे? अच्छा मैं बड़ा लभदा रहा, मैनू बंदा ना लभे, वह कौन खानदान दे विच जेते मेरी चल गई। मेरा ना नाना क्लीन शेव सीगा, राइटर सीगे हरी सिंह नीर, 10वीं दीआं किताबां दे विच उहनां दीआं स्टोरियां छपदियां, शोर्ट स्टोरी राइटर, ते ओह क्लीन शेव सीगे।
ਅਤੇ ਨਾ ਇੱਕ ਉਹਨਾਂ ਦੀ ਫੋਟੋ ਮੈਂ ਵੇਖੀ ਪੁਰਾਣੀ ਜਿਹਦੇ ਵਿੱਚ ਉਹਨਾਂ ਦੀ ਦਾੜ੍ਹੀ ਸੀਗੀ ਅਤੇ ਉਹ ਸੇਮ ਮੇਰੇ ਵਰਗੀ ਦਾੜ੍ਹੀ ਆਈ। ਇਹਦਾ ਕੀ ਮਤਲਬ ਹੋਇਆ ਕਿ ਹਰ ਖਾਨਦਾਨ ਦੇ ਬੰਦੇ ਦੀ ਮਾਮੇ ਦੀ ਚਾਚੇ ਦੀ ਦਾਦੇ ਦੀ ਦਾਦੇ ਦੇ ਭਰਾ ਦੀ ਸਾਰਿਆਂ ਦੇ ਜੀਨਸ ਰਲ ਕੇ ਤੁਹਾਡੇ ਅੰਦਰ ਟਰੈਵਲ ਕਰਦੇ ਪਏ ਆ। ਤੁਸੀਂ ਸੋਚ ਕੇ ਵੇਖੋ ਕਿ ਜੇ ਤੁਸੀਂ ਸੋਚਦੇ ਜੇ ਕਿ ਸਾਡੇ ਪਿਓ ਨੇ ਤਾਂ ਕਦੀ ਨਸ਼ਾ ਕੀਤਾ ਹੀ ਨਹੀਂ ਅਤੇ ਮੇਰਾ ਮੈਂ ਕਿਤਰਾ ਨਸ਼ਾ ਕਰ ਲਿਆ, ਅਤੇ ਹੋ ਸਕਦਾ ਮਾਮੇ ਨੇ ਕੀਤਾ ਹੋਵੇ, ਨਾਨੇ ਨੇ ਕੀਤਾ ਹੋਵੇ, ਜਾਂ ਨਸ਼ੇ ਵਾਲੇ ਕੋਈ ਸਿਮਟਮਸ ਹੋਣ, ਉਹ ਟਰੈਵਲ ਕਰਕੇ ਤੁਹਾਡੇ ਅੰਦਰ ਆ ਜਾਂਦੇ ਆ। ਮੇਰਾ ਬੇਟਾ ਇੱਕ ਦਿਨ ਮੈਨੂੰ ਕਹਿੰਦਾ ਪਾਪਾ ਐਡਿਕਸ਼ਨ ਦਾ ਪਤਾ ਕਿਤਰਾ ਲੱਗਦਾ, ਕੀ ਨਿਸ਼ਾਨੀ ਹੈ ਐਡਿਕਸ਼ਨ ਦੀ। ਬੜਾ ਉਹਨੇ ਸਹੀ ਸਵਾਲ ਕੀਤਾ, ਮੈਂ ਕਿਹਾ ਯਾਰ ਬੜਾ ਜ਼ਬਰਦਸਤ ਸਵਾਲ ਆ, ਐਡਿਕਸ਼ਨ ਦੀ ਨਿਸ਼ਾਨੀ ਕੀ ਹੈ, ਕਿਤਰਾ ਪਤਾ ਲੱਗ ਗਿਆ ਵੀ ਬੰਦਾ ਐਡਿਕਸ਼ਨ 'ਚ ਫਸ ਗਿਆ। ਜੋ ਮੈਂ ਸਿੱਖਿਆ ਸੀ ਮੈਂ ਉਹਨੂੰ ਇੱਕੋ ਹੀ ਜਵਾਬ ਦਿੱਤਾ, ਮੈਂ ਕਿਹਾ ਜਿੱਦਣ ਬੰਦਾ ਐਡਿਕਸ਼ਨ 'ਚ ਫਸਦਾ ਨਾ, ਜਿਹੜਾ ਕੰਮ ਕਰੂਗਾ ਨਾ ਉਹਦੇ 'ਚ ਉਹਦਾ ਨੁਕਸਾਨ ਹੀ ਹੋਊਗਾ, ਭਾਵੇਂ ਉਹ ਕੰਮ ਗੁਰਦੁਆਰੇ ਜਾਣ ਦਾ ਹੀ ਕਿਉਂ ਨਾ ਹੋਵੇ, ਮੰਦਰ ਜਾਣ ਦਾ ਹੀ ਕਿਉਂ ਨਾ ਹੋਵੇ, ਮਸਜਿਦ ਜਾਣ ਦਾ ਹੀ ਕਿਉਂ ਨਾ ਹੋਵੇ, ਜਿਹੜਾ ਕੰਮ ਕਰੂਗਾ ਰੱਬ ਨੂੰ ਯਾਦ ਕਰਨ ਦਾ ਹੀ ਕਿਉਂ ਨਾ ਹੋਵੇ, ਜਿਹੜਾ ਕੰਮ ਕਰੂਗਾ ਉਹਦੇ 'ਚ ਆਪਣਾ ਕੀ ਕਰੂਗਾ। ਹੁਣ ਤੁਸੀਂ ਨਾਲ ਦੇ ਨਾਲ ਹੀ ਸਹੀਆਂ ਲਾਈ ਜਾਓ ਕਿ ਤੁਸੀਂ ਵੀ ਜਿਹੜੇ ਕੰਮ ਕਰਦੇ ਪਏ ਜੇ ਕਿਤੇ ਉਹਦੇ 'ਚ ਨੁਕਸਾਨ ਤਾਂ ਨਹੀਂ ਹੋਈ ਜਾਣ ਡਿਆ। ਬੰਦਾ ਕਰਦਾ ਬਿਜ਼ਨਸ ਹੋਵੇ, ਦੁਕਾਨ ਚਲਾਉਂਦਾ ਹੋਵੇ ਅਤੇ ਦੁਕਾਨ ਘਾਟੇ 'ਚ ਜਾਣ ਡੀ ਹੋਵੇ, ਤਾਂ ਕੀ ਮਤਲਬ ਹੋਇਆ ਇਹਦਾ, ਜਰਾਵਰ ਮੱਝਾਂ ਦੁੱਧ ਪੂਰਾ ਦਿੰਦੀਆਂ ਹੁਣ ਅਤੇ ਪੈਸੇ ਬਚਣ ਨਾ, ਅਤੇ ਕੀ ਮਤਲਬ ਹੋਇਆ ਇਹਦਾ ਕਿ ਕੰਮ ਨੁਕਸਾਨ ਹੋਈ ਜਾਣ ਡਿਆ ਕਿਤੇ ਨਾ ਕਿਤੇ। ਕਿਉਂ ਅੰਕਲ ਜੀ, ਠੀਕ ਗੱਲ ਆ ਨਾ, ਵੀ ਏਜੰਸੀ ਖੁੱਲ੍ਹੀ ਹੋਵੇ ਅਤੇ ਨੁਕਸਾਨ ਹੋਈ ਜਾਵੇ ਤਾਂ ਕੀ ਮਤਲਬ ਇਹਦਾ ਕਿ ਕਿਤੇ ਨਾ ਕਿਤੇ ਗੜਬੜੀ ਹੋਣ ਡਈ ਆ। ਜਿਹੜਾ ਆਪਾਂ ਕੰਮ ਕਰਾਂਗੇ ਉਹਦੇ ਵਿੱਚ ਜੇ ਨੁਕਸਾਨ ਹੋਣਾ ਸ਼ੁਰੂ ਹੋ ਜਾਵੇ, ਜਿਹੜਾ ਕੰਮ ਅਸੀਂ ਆਪਣੇ ਪ੍ਰੋਫਿਟ ਲਈ ਕਰਦੇ ਹਾਂ ਜੇ ਉਹਦੇ 'ਚ ਲੋਸ ਹੋਣਾ ਸ਼ੁਰੂ ਹੋ ਜਾਵੇ, ਇਹਦਾ ਮਤਲਬ ਇਹ ਆ ਕਿ ਕਿਤੇ ਨਾ ਕਿਤੇ ਸਾਡੀ ਕੁੰਡੀ ਜਿਹੜੀ ਆ ਉਹ ਜਿੰਨਾ ਸਾਡੀ ਆਮਦਨ ਨਹੀਂ ਉਨੇ ਸਾਡੇ, ਇਹਨੂੰ ਕਹਿੰਦੇ ਆ ਐਡਿਕਸ਼ਨ, ਜਿੱਡੀ ਸਾਡੀ ਆਮਦਨ ਨਹੀਂ। ਕਿਉਂਕਿ ਐਡਿਕਸ਼ਨ ਵਾਲੇ ਬੰਦੇ ਦੀ ਪਤਾ ਇੱਕ ਦਿੱਕਤ ਆ, ਇਹ ਨਾ ਇੱਥੇ ਰਹਿੰਦਾ ਜਾਂ ਇੱਥੇ ਰਹਿੰਦਾ ਜਾਂ ਇੱਥੇ, ਵਿਚਕਾਰ ਨਹੀਂ ਰਹਿੰਦਾ। ਆਹ ਜਿਹੜੀ ਆਪਾਂ ਜ਼ਿੰਦਗੀ ਨੋਰਮਲ ਜੀਂਦੇ ਹਾਂ ਇਹਨੂੰ ਵਿਚਕਾਰ ਕਹਿੰਦੇ ਆ। ਇਹ ਹਮੇਸ਼ਾ ਵੱਡੀਆਂ ਵੱਡੀਆਂ ਗੱਲਾਂ ਕਰਦਾ, ਵੱਡੀ ਸੋਚ ਰੱਖਦਾ। ਬਾਪੂ ਕੋਲ 5 ਲੱਖ ਹੋਊਗਾ, ਸੋਚੂਗਾ 15 ਲੱਖ ਵਾਲੀ ਗੱਡੀ ਲੈਣੀ ਹੈ। ਬਾਪੂ ਨੂੰ ਰਿਟਾਇਰਮੈਂਟ 'ਤੇ 20 ਲੱਖ ਰੁਪਇਆ ਮਿਲਣਾ ਹੋਊਗਾ, ਇਹਨੂੰ 20 ਲੱਖ ਹੀ ਦਿਸੀ ਜਾਣਾ ਵੀ ਜਦੋਂ 20 ਲੱਖ ਆਇਆ ਮੈਂ 20 ਲੱਖ ਵਾਲੀ ਗੱਡੀ ਲੈ ਲੈਣੀ। ਇਹਨੇ 20 ਲੱਖ ਵਾਲੀ ਗੱਡੀ ਲੈ ਕੇ ਕਰਨਾ ਕੀ, ਕਿਸੇ 'ਚ ਕੱਢ ਮਾਰਨੀ। ਅਸੀਂ ਵੀ ਕੱਢ ਮਾਰੀਆਂ, ਇਹੋ ਕੁਛ ਹੀ ਕੀਤਾ ਸਾਰੀ ਜ਼ਿੰਦਗੀ, ਜੋ ਨੁਕਸਾਨ ਕਰਨਾ ਸ਼ੁਰੂ ਕੀਤਾ, ਜੋ ਨੁਕਸਾਨ ਕਰਨਾ ਸ਼ੁਰੂ ਕੀਤਾ ਬੇੜਾ ਗਰਕ ਕਰਕੇ ਰੱਖ ਦਿੱਤਾ ਸਾਰੇ ਦਾ ਸਾਰਾ। ਪਰ ਘੱਟੋ ਘੱਟ ਅੱਜ ਦੀ ਦਿਹਾੜੀ, ਅੱਜ ਦੇ ਦਿਨ, ਅੱਜ ਦੀ ਘੜੀ ਆਪਾਂ ਇਹ ਗੱਲ ਨੂੰ ਸਮਝੀਏ ਕਿ ਐਡਿਕਸ਼ਨ ਜਿਹੜੀ ਆ ਇਹ ਪਿਤਾ ਪੁਰਖ ਹੀ ਆਈ ਹੋਈ ਬਿਮਾਰੀ ਆ, ਇਹ ਇੱਕ ਪੈਗ ਲਾਉਣ ਦੇ ਨਾਲ ਐਕਟਿਵ ਹੋ ਜਾਂਦੀ ਹੈ। ਹੁਣ ਮੇਰੇ ਸੈੱਲ ਸੁੱਤੇ ਆ, ਸਮਝ ਲਓ 4-5 ਸਾਲ ਤੋਂ, ਮੇਰੇ 10 ਸਾਲ ਤੋਂ ਸੈੱਲ ਸੁੱਤੇ ਆ, ਅਤੇ ਮੇਰੇ ਦੋਸਤ ਮੈਨੂੰ ਕਹਿੰਦੇ ਆ ਕਿ ਆਪਾਂ ਇੱਕ ਪੈਗ ਲਾ ਲੈਂਦੇ ਹਾਂ। ਅਤੇ ਇੱਕ ਪੈਗ ਲਾਉਣ ਦਾ ਮਤਲਬ ਕੀ ਆ ਕਿ ਮੈਂ ਆਪਣੇ ਸੈੱਲ ਜਿਹੜੇ ਸੁੱਤੇ ਆ ਉਹਨਾਂ ਨੂੰ ਕੁੰਭਕਰਨ ਕਾਹਦੇ ਨਾਲ ਜਾਗਦਾ ਸੀ ਭਲਾ, ਕੁੰਭਕਰਨ ਕਿੰਨਾ ਚਿਰ ਸੌਂਦਾ ਸੀ, ਚਲੋ ਇੰਨਾ ਦੱਸੋ, ਹੈਂ 6 ਮਹੀਨੇ ਸੌਂਦਾ ਸੀ ਅਤੇ 6 ਮਹੀਨੇ ਜਾਗਦਾ ਸੀ, ਉਹਦੀ ਰੂਟੀਨ ਹੀ ਇਸ ਤਰ੍ਹਾਂ ਦੀ ਸੀ। ਅੱਛਾ, ਜਦੋਂ ਸੁੱਤਾ ਹੁੰਦਾ ਸੀ ਉਹਨੂੰ ਜਗਾਉਂਦੇ ਕਾਹਦੇ ਨਾਲ ਸੀ, ਤੁਸੀਂ ਸਾਰਿਆਂ ਨੇ ਰਮਾਇਣ ਵੇਖੀ ਆ, ਉਹਦੀ ਖਾਣੇ ਦੀ ਖੁਸ਼ਬੂ ਦੇ ਨਾਲ ਉਹਨੂੰ ਜਗਾਉਂਦੇ ਸੀ, ਪਕਵਾਨ ਬਣਾਉਂਦੇ ਸੀ ਤਰ੍ਹਾਂ ਤਰ੍ਹਾਂ ਦੇ, ਉਹਦੇ ਅੱਗੇ ਤਰ੍ਹਾਂ ਤਰ੍ਹਾਂ ਦੇ ਪਕਵਾਨ। ਹੁਣ ਜੇ ਮੈਂ ਕਹਾਂ ਕਿ ਤੁਹਾਡੇ ਸਾਰਿਆਂ ਦੇ ਅੰਦਰ, ਸਾਡੇ ਸਾਰਿਆਂ ਦੇ ਅੰਦਰ ਇੱਕ ਕੁੰਭਕਰਨ ਹੈਗਾ ਵਾ, ਤੁਸੀਂ ਮੇਰੀ ਗੱਲ ਦਾ ਯਕੀਨ ਕਰੋਗੇ ਕਿ ਨਹੀਂ ਕਰੋਗੇ? ਹਰ ਐਡਿਕਸ਼ਨ ਵਾਲੇ ਬੰਦੇ ਦੇ ਅੰਦਰ ਇੱਕ ਕੁੰਭਕਰਨ ਹੈਗਾ, ਤੁਸੀਂ ਮੇਰੀ ਗੱਲ ਦਾ ਯਕੀਨ ਕਰੋਗੇ ਕਿ ਨਹੀਂ? ਅੱਛਾ, ਤੁਸੀਂ ਤੁਹਾਨੂੰ ਮੈਂ ਦੱਸਦਾ ਤੁਹਾਡੇ ਅੰਦਰ ਦਾ ਕੁੰਭਕਰਨ ਕਾਹਦੇ ਨਾਲ ਜਾਗਣਾ ਵਾ, ਐਡਿਕਸ਼ਨ ਕਾਹਦੇ ਨਾਲ ਜਾਗਦੀ ਆ, ਸਿਰਫ ਇੱਕ ਵਾਰੀ ਲੈਣ ਦੇ ਨਾਲ। ਜਿਹੜਾ ਆਪਾਂ ਸੋਚਦੇ ਹਾਂ ਇੱਕ ਵਾਰੀ ਲੈਣ ਨਾਲ ਕੀ ਹੋਊਗਾ, ਇੱਕ ਪੈਗ ਪੀਣ ਨਾਲ ਕੀ ਹੋਊਗਾ, ਇੱਕ ਸਿਗਰਟ ਦਾ ਕਸ਼ ਲੈਣ ਨਾਲ ਕੀ ਹੋਊਗਾ, ਇੱਕ ਲੈਨ ਖਿੱਚਣ ਨਾਲ ਕੀ ਹੋਊਗਾ, ਔਰ ਮੈਂ ਦੱਸਾਂ ਤੁਹਾਨੂੰ, ਸਿਆਣੇ ਜਿਹੜੇ ਗੱਲ ਕਹਿੰਦੇ ਸੀ ਨਾ 100% ਸੱਚ, ਕਿਸੇ ਨੇ ਕਾਲਾ ਇਲਮ ਕੀਤਾ ਇੱਥੇ, ਅੱਜ ਵੀ ਇੱਥੇ ਰਹਿ ਰਹਿ ਕੇ ਯਾਦ ਹੁੰਦੀ ਆ।
इस जगह दे उत्ते रह रह के याद आउंदी, रह रह के इहो जी मुहब्बत, इहो जिहा प्यार। और तुहानूं पता जदों तोड़ वजदी सी ना अखां चों ना पानी निकली जांदा सी, पानी निकली जांदा सी। किहदे किहदे पानी निकलिया अखां दे विच्चों? तुहाडे निकलिया, तुहाडे निकलिया जोरावर अखां चों कदी पानी तुहाडे वी निकलिया? ये पता पानी क्यों निकलता दसा मैं? दिल रोंदा जदों तुसी अपनी चीज़ छड्डदे हो ना, ये दिल रोंदा, अखां चों पानी निकलता बिना रोया। ये सानू लगता है कि पता नहीं साडा शरीर नहीं सैट खनी पानी तां निकलता पिया, दिल रोंदा हुंदा अंदरों। जिन्हों आपां कहिंदे आ वी तोड़ वजदी पई अंदर किसी ना किसी तरीके की, तो दिल रोंदा तो अखां चों पानी निकलता। इन्नी मुहब्बत अंदरूनी, इन्नी मुहब्बत आ ते तुसी सोच के वेखो तुसी केड़ा काम करन आए जे? इत्थे शराब छड्डन आए जे? चिट्टा छड्डन आए जे? कोई काली छड्डन आए जे? कोई होर चीज़ छड्डन आए जे? या तुसी ये सोच लो कि तुसी अपने रोंदे दिल का इलाज करन आए जे? जे तो रोंदे दिल का इलाज करना तो हो जूगा, तो जे शराब छड्डनी आ, भुक्की छड्डनी आ, चिट्टा छड्डना वा या कोई होर नशा छड्डना वा, तो अज छड्डिया वा तो कल नूं फिर करोगे। तो जे रोंदे दिल का इलाज करना वा, तो जे अज रोंदे दिल का इलाज कर लिया तो कल भी इलाज, तो परसों भी इलाज। क्योंकि जदों तुसी अपने दिल नूं समझना शुरू करता ना, जदों मेरा दिल कहिंदा ना इहदे नाल यराना एडा लाया, मैं कहा हौसला रख, जे शाम तक तैनू मैं भलवानी गेड़ा ना ना दिता तो जा मेरा नाम हटा दी जिथे मर्जी, तैनू भलवानी गेड़ा दूंगा शाम तक जो मर्जी हो जाए। क्योंकि इहनू मजे की आदत आ, काहदी आदत आ? मजे की। तो नशे नाल की हुंदा? तो जे नशे तो बिना इहनू मज़ा दे दिता तो फिर नशे की लोड़ पैनी? बस आ जे इलाज, तुसीं कहिंदे इलाज की आ? आ इलाज जे नशे की बीमारी आ, तो नशा काहदा वा? मजे का। तो जे मज़ा वैसे ही आ गया तो फिर नशे की लोड़ नहीं पैनी। ये हुण तुसीं वेख लो कि तुसीं काहदा नशा करदे जे, किस चीज़ से फसे जे, किस चीज़ से नहीं फसे। अच्छा कॉफ़ी का नशा हो सकता है कि नहीं? कॉफ़ी का नशा लग सकता है कि नहीं? कोका कोला का, चाह का, पैसे का, पैसे का नशा लग सकता कि नहीं? दसो, मैं पैसे का नशा यहोजा वेख्या जे तुसीं मनना नहीं। इत्थे एक बंदा आया सीगा, उहदी घट्टो घट 43 किले जमीन ही, 43 किले जमीन उन्हें अपने मूँह ना दस्या, वाधी होगी इस तों। ते मुंडा उहदा एडा सोहना, ओए होए 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 होए, 6 फुट हाइट तो एडा सोहना, कमाल ही हुई पई वेख, मेरा रूह खुश हो गई मुंडा वेख के, एडा चिट्टा लाल। तो प्यो पता की कहिंदा? कहिंदा इस कंजर ते मैं 1 रुपया नहीं खर्चना, मैं इस कंजर ते 1 रुपया नहीं खर्चना। इहनू कहिंदे आ पैसे दा नशा, भी मुंडे नालों पैसा ज़्यादा प्यारा। एक इत्थे प्यो आया, उहदी 2.5 किले जमीन, वह कहिंदा 2.5 किले विक जे पर इहनू जरूर बचाऊँगा क्योंकि मेरा इस तों इलावा कोई। वह प्यो नूं काहदा नशा? अपने बच्चे का। सारिआं नूं कोई ना कोई नशा जिंदगी दे विच जरूर हुंदा। जिहड़े बंदे शाम नूं 5 बजे चाह पीते हैं ना, 5 बजे दिमाग दे विच ठा ठा होण लग ही पैंदी आ कि चाह 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 चाह। जिंदगी दे विच बड़ी तरह के तुहानूं नशे मिलणगे, बड़ी तरह के प्रभाव पैणगे।